ਦੇਸ਼ ਦੇ ਨਵੇਂ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਜਿਵੇਂ ਹੀ ਆਪਣੀ ਕੁਰਸੀ ਸੰਭਾਲੀ ਉਸ ਦੇ ਕੁਝ ਦੇਰ ਬਾਅਦ ਹੀ ਨਵੀਂ ਐਜੂਕੇਸ਼ਨ ਪਾਲਿਸੀ ਬਣਾ ਰਹੀ ਕਮੇਟੀ ਨੇ ਇਸ ਦਾ ਡਰਾਫਟ ਉਹਨਾਂ ਨੂੰ ਸੌਂਪ ਦਿੱਤਾ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਦਿਨ ਸਿੱਖਿਆ ਵਿਵਸਥਾ 'ਚ ਬਦਲਾਅ ਦੇ ਵੱਡੇ ਸੰਕੇਤ ਵੇਖਣ ਨੂੰ ਮਿਲੇ ਨੇ। ਕਸਤੂਰੀ ਰੰਗਨ ਕਮੇਟੀ ਨੇ ਨਵੀਂ ਐਜੂਕੇਸ਼ਨ ਪਾਲਿਸੀ ਦਾ ਡਰਾਫਟ ਸਰਕਾਰ ਨੂੰ ਸੌਂਪ ਦਿੱਤਾ ਹੈ ਅਤੇ ਹੁਣ ਆਉਣ ਵਾਲੇ ਸਮੇਂ 'ਚ ਕੀ ਬਦਲਾਅ ਹੋ ਸਕਦੇ ਨੇ, ਆਓ ਇਸ 'ਤੇ ਨਜ਼ਰ ਮਾਰ ਲੈਂਦੇ ਹਾਂ। ਰਾਸ਼ਟਰੀ ਸਿੱਖਿਆ ਨੀਤੀ 2019 ਦੇ ਡਰਾਫਟ 'ਚ ਪ੍ਰੀ ਸਕੂਲ ਤੋਂ 12ਵੀਂ ਤੱਕ ਮੁਫਤ ਸਿੱਖਿਆ ਤੇ ਲਾਜ਼ਮੀ ਸਕੂਲੀ ਸਿੱਖਿਆ ਦੀ ਸਿਫਾਰਿਸ਼ ਕੀਤੀ ਗਈ ਹੈ। ਮੌਜੂਦਾ ਸਿੱਖਿਆ ਨੀਤੀ ਦੇ ਤਹਿਤ ਸਿਰਫ ਪਹਿਲੀ ਤੋਂ 8ਵੀਂ ਜਮਾਤ ਤੱਕ ਲਈ ਹੈ, ਯਾਨੀ ਕਿ ਇਸ ਤਹਿਤ ਸਕੂਲੀ ਸਿੱਖਿਆ ਹਾਸਲ ਕਰਨ ਲਈ 3 ਤੋਂ 18 ਸਾਲ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਦਾ ਮਸ਼ਵਰਾ ਦਿੱਤਾ ਗਿਆ, ਜੋ ਇਸ ਸਮੇਂ 6 ਤੋਂ 14 ਸਾਲ ਦੀ ਉਮਰ ਦੇ ਵਿਦਿਆਰਥੀਆਂ ਲਈ ਹੀ ਲਾਜ਼ਮੀ ਹੈ। ਨਵੀਂ ਐਜੂਕੇਸ਼ਨ ਪਾਲਿਸੀ ਤਹਿਤ ਬੱਚਿਆਂ ਨੂੰ ਘੱਟ ਤੋਂ ਘੱਟ 5ਵੀਂ ਕਲਾਸ ਤੱਕ ਮਾਂ ਬੋਲੀ 'ਚ ਪੜ੍ਹਾਏ ਜਾਣ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਪਹਿਲੀ ਕਲਾਸ 'ਚ ਬੱਚਿਆਂ ਨੂੰ 3 ਭਾਰਤੀ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਡਰਾਫਟ ਦੇ ਮੁਤਾਬਿਕ ਫੀਸ ਨੂੰ ਲੈ ਕੇ ਸਕੂਲਾਂ ਦੀ ਮਨਮਾਨੀ 'ਤੇ ਲਗਾਮ ਲਗਾਉਣ ਦੀ ਗੱਲ ਕਹੀ ਗਈ ਹੈ ਅਤੇ ਮਹਿੰਗਾਈ ਦਰ ਨੂੰ ਵੇਖਦੇ ਹੋਏ ਸਕੂਲਾਂ 'ਚ ਫੀਸ ਵਧਾਉਣ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੀ ਨਵੀਂ ਸਿੱਖਿਆ ਨੀਤੀ 'ਚ ਬੋਰਡ ਐਗਜ਼ਾਮ ਦੌਰਾਨ ਤਣਾਅ ਨੂੰ ਘੱਟ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਲਈ ਮਲਟੀਪਲ ਟਾਈਮ ਐਗਜ਼ਾਮ ਦੇਣ ਦੀ ਆਪਸ਼ਨ ਦਾ ਸੁਝਾਅ ਵੀ ਸ਼ਾਮਲ ਕੀਤਾ ਗਿਆ। ਸਕੂਲੀ ਸਿੱਖਿਆ ਦੇ ਪੱਧਰ ਨੂੰ ਵਧਾਉਣ ਲਈ ਬੀਐਡ ਦਾ ਕੋਰਸ 4 ਸਾਲ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਨਾਲ ਹੀ ਨਾਲ ਰਾਸ਼ਟਰੀ ਸਿੱਖਿਆ ਕਮਿਸ਼ਨ ਬਣਾਉਣ ਦਾ ਵੀ ਪ੍ਰਸਤਾਵ ਰੱਖਿਆ ਗਿਆ। ਇਸ ਤੋਂ ਇਲਾਵਾ ਜਮਾਤਾਂ ਨੂੰ ਵੀ 4 ਭਾਗਾਂ ਵਿੱਚ ਵੰਡਿਆ ਗਿਆ। ਪ੍ਰੀ ਪ੍ਰਾਇਮਰੀ 'ਚ ਨਰਸਰੀ ਤੋਂ 2ਜੀ ਤੱਕ ਨੂੰ ਰੱਖਿਆ ਗਿਆ, ਪ੍ਰੈਪਰੇਟਰੀ ਤਹਿਤ 3ਜੀ ਤੋਂ 5ਵੀਂ ਕਲਾਸ ਸ਼ਾਮਲ ਹੋਵੇਗੀ, ਮਿਡਲ ਕਲਾਸਾਂ ਵਿੱਚ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥੀ ਅਤੇ ਸੈਕੰਡਰੀ ਕਲਾਸਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਸ਼ਾਮਲ ਹੋਣਗੇ ਅਤੇ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਪੇਪਰ ਸਮੈਸਟਰ ਵਾਈਜ਼ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ। ਦੱਸ ਦਈਏ ਕਿ ਮੌਜੂਦਾ ਸਿੱਖਿਆ ਨੀਤੀ ਸਾਲ 1986 'ਚ ਤਿਆਰ ਹੋਈ ਸੀ ਅਤੇ 1992 ਵਿੱਚ ਇਸ ਵਿੱਚ ਸੋਧ ਕੀਤੀ ਗਈ ਸੀ। ਨਵੀਂ ਸਿੱਖਿਆ ਨੀਤੀ ਸਾਲ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਬੀਜੇਪੀ ਦੇ ਮੈਨੀਫੈਸਟੋ ਦਾ ਹਿੱਸਾ ਸੀ। ਖਾਸ ਗੱਲ ਹੈ ਕਿ ਇਸ ਪਾਲਿਸੀ ਦਾ ਇੰਤਜ਼ਾਰ ਕਰੀਬ 2 ਸਾਲ ਤੋਂ ਹੋ ਰਿਹਾ ਸੀ ਅਤੇ ਆਖਿਰਕਾਰ ਤਿਆਰ ਹੋ ਕੇ ਮੰਤਰਾਲੇ 'ਚ ਆ ਹੀ ਗਈ ਅਤੇ ਹੁਣ ਵੇਖਣਾ ਹੋਵੇਗਾ ਕਿ ਇਹ ਲਾਗੂ ਕਦੋਂ ਹੋਵੇਗੀ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। धरती से जुड़ा खेल कबड्डी, दाव पेच, उठक पटक, चाल पे चाल, जैसे एनर्जी का डबल धमाल। मुझे प्यार है इस गेम से, खुशी है इस बात की कि ये गेम बदलेगा। 13 में से देखिए इंडो इंटरनेशनल प्रीमियर कबड्डी लीग, जहां होगी हुनर की टक्कर जज्बे से। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।